ਸਤਿ ਸ਼੍ਰੀ ਅਕਾਲ ਜੀ। ਮੰਮੀ ਕੀ ਬਣਾ ਰਹੀ ਜੀ ਅੱਜ? ਅੱਜ ਅਸੀਂ ਤੰਦੂਰੀ ਟੰਗੜੀ ਬਣਾਉਣੀ ਹੈ। ਤੰਦੂਰੀ ਟੰਗੜੀ, ਚਲੋ ਜੀ ਸ਼ੁਰੂ ਕਰਦੇ ਹਾਂ। ਅਸੀਂ 2 ਚਮਚੇ ਦੇ ਵਿੱਚ ਘਿਓ ਪਾਇਆ ਅਤੇ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ, ਲਾਲ ਮਿਰਚ, ਨਮਕ, ਥੋੜ੍ਹਾ ਜਿਹਾ ਅਸੀਂ ਕਲਰ ਪਾਵਾਂਗੇ ਵਿੱਚ। ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਅੱਧੀ ਕਟੋਰੀ ਦੇ ਤੇ 2 ਚਮਚੇ ਕੋਰਨਫਲੋਰ, ਚਿਕਨ ਦੇ ਵਿੱਚ ਅਸੀਂ ਇੱਦਾਂ ਕੱਟ ਲਾ ਲੈਣੇ ਚਾਰੋਂ ਪਾਸੇ। ਸਾਰੇ ਅਸੀਂ ਚਿਕਨ ਨੂੰ ਕੱਟ ਲਾ ਕੇ ਲਾ ਲੈਣੇ। ਹੁਣ ਅਸੀਂ ਸਾਰੇ ਚਿਕਨ ਨੂੰ ਕੱਟ ਲੱਗ ਗਏ। ਅਸੀਂ ਇਹਦੇ ਵਿੱਚ ਹੁਣ ਕਰ ਦਾਂਗੇ, ਇਹਦੇ ਵਿੱਚ ਹੁਣ ਆਪਾਂ ਇਹਨੂੰ ਮੈਰੀਨੇਟ ਕਰਾਂਗੇ, ਹੈ ਨਾ? ਹਾਂਜੀ, ਇਹਨੂੰ ਮੈਰੀਨੇਟ ਕਰਕੇ ਥੋੜ੍ਹੀ ਦੇਰ ਅਸੀਂ ਰੱਖ ਦਾਂਗੇ ਇਹਨੂੰ 1/2 ਘੰਟੇ ਲਈ। ਚੰਗੀ ਤਰ੍ਹਾਂ ਇਹਨੂੰ ਹੱਥ ਨਾਲ ਹੀ ਮਿਕਸ ਕਰਨਾ। ਇਹ 'ਚ ਅਸੀਂ ਗਰਮ ਮਸਾਲਾ ਵੀ ਪਾਉਣਾ, ਧਨੀਆ ਪਾਊਡਰ, ਇੱਕ ਚਮਚਾ ਗਰਮ ਮਸਾਲਾ। ਸਾਡਾ ਚਿਕਨ ਮੈਰੀਨੇਟ ਹੋ ਗਿਆ ਹੈ, ਇਹਨੂੰ ਅਸੀਂ ਕੁੱਕਰ ਨੂਰ ਚ ਲਾ ਦਾਂਗੇ। ਇਹ ਅਸੀਂ ਤੰਦੂਰ 'ਚ 15 ਮਿੰਟ ਲਈ ਰੱਖਣਾ ਜੀ। ਤੰਦੂਰੀ ਟੰਗੜੀ ਸਾਡੀ ਤਿਆਰ ਹੈ। ਲਓ ਜੀ, ਸਾਡੀ ਹੁਣ ਚਿਕਨ ਟੰਗੜੀ ਤਿਆਰ ਹੈ। ਅਸੀਂ ਕਰਨ ਲੱਗੇ ਇਹਨੂੰ ਟੇਸਟ, ਦੇਖਦੇ ਹਾਂ ਜੀ ਕਿੱਦਾਂ। ਇਹਨੂੰ ਕਰਾਂਗੇ ਟੇਸਟ ਜੀ ਵਿਦ ਮਿਓਨੀਜ਼ ਸੌਸ ਐਂਡ ਚਿੱਲੀ ਸੌਸ। ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਜੀ।
ਸਾਰਿਆਂ ਨੂੰ ਇਹ ਰੈਸਪੀ ਘਰੇ ਟਰਾਈ ਕਰਨੀ ਚਾਹੀਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਥੈਂਕ ਯੂ।